गुड मॉर्निंग जी, सुबह बखैर, सलामु अलैकुम। सीन कुछ इस तरह जी के एक तो मेरे को वाइट सूट पे आया, एक ब्लैक पे आया, क्योंकि भाई जीन को भी एक ब्लैक पे आया सी, तो शेड्यूल बन गया कि ब्लैक ही, तीनों ही ब्लैक ही पहन लीए। भाई वाह ले भी कल ब्लैक ही ले लिया सी, वीडियो तुसी देख ही ली होनी है पहले हिस्से दे विच। सो सुबह उठते हैं तो यह जरा हूँ उठे खड़े हैं, वाइट पहनते हैं तो मैं वाइट पहन लें, तो चप्पलों विचों जुत्तियों विचों पहन लें, खेड़ी इतों पहन जाने डे टाइम, तो उत्थे जाके ब्लैक कपड़े चेंज करांगे, तो उत्थे फिर शूज़ पहन लांगे। की ख्याल है, वधिया शेड्यूल? हाँ जी, मैं तो हो गया जी रेडी, तो बेली हले हो रहे हैं, आज फिर इंशाल्लाह तैनूं विखाउने आ शादी गुजरांवाले। लो जी, इत्थों हुण निकलदे आ, अज खान साहब का जलसा भी है कहिंदे रस्ते दे विच, देखो की बनता है। मोबाइल इत्थे रह गया जी, लै गया मेरा खैर तैयब लै गया। ये तो पेट्रोल डलवाने जी, जी भाई मोटर में लो जी, इतने लंच टाइम हो गया है साडा, कायम है दायम दे उते केएफसी भी है जी, क्या मैं क्या मैं टाइम से हो गया है, तो हाँ इन्होंने चंगा काम किया, वैसे नहीं तो कहाँ जाके लभे अगले, ये तो चोरी ढाबा जा के एफ सी का नाश्ते की गर्ज नाल स्टे किया है मोटरवे के जो रेस्ट हाउस बने होंगे उ ਮੋਬਾਈਲਾਂ ਦੇ ਲੱਗੇ ਖੜੇ ਆ ਮੁਕਾਬਲੇ ਕਹਿੰਦਾ ਸਿੰਧੂ ਅਜੇ ਮੇਰਾ ਅੱਧਾ ਦੂਮ ਪਿੱਛੇ ਪਿਆ ਵਾ, ਅੱਛਾ ਇਹ 50 ਕੀਤਾ 100 ਜਾਂਦਾ ਓਏ ਤੇਰਾ ਚੱਲ ਕਰ ਭਾਈ ਜ਼ਰਬ 100 ਤੇ ਜਾਂਦਾ, ਇਹ 15 ਤੇ ਜਾਂਦਾ ਇਹਨਾਂ ਦਾ ਟੋਟਲ, ਨਹੀਂ ਇਹਨਾਂ ਦਾ ਬਸ ਕਰ ਗਿਆ 9 ਤੇ ਜਾ ਕੇ ਬਸ ਕਰ, ਇਹਨਾਂ ਦਾ 15 ਤੇ ਜਾਂਦਾ ਆ, ਇਹ 100 ਤੇ ਜਾਂਦਾ ਹਜੇ ਹੋਰ ਜਿੰਨਾ ਮਰਜ਼ੀ ਮਾਰ। ਇੱਥੋਂ ਨਿਕਲਦੇ ਆ ਵਾਪਸੀ, ਵਾਪਸੀ ਦਾ ਮਤਲਬ ਕਿ गुजरांवाले डायरेक्ट हूँ, उत्थे जाके इंशाल्लाह ब्रेक लगेगी। हाँ जी यासर भाई, हुण किधर नूं निकलना आपां? भाई दसी रहा है गल, गुजरांवाले जाना इत्थों। अच्छा, शादी है जनाब वाली, वलीमा अटेंड करन जा, शादी वलीमा अटेंड कीता जाएगा, बड़ा बेहतरीन किस्म दा, ओह सनाटा ही ठोक सिटी अग्गे, सनाटा ही भाई ने दब दित्ती सिद्धी बंपर, सनाटा लम्मी होई बहुत आ भाई, बंपर ही ठोक कढ़िया, गल विच रह गई, विआह ते जाना भाई। ਸੋ ਇਹ ਤਾਂ ਦੱਸੇ ਤਿੰਨ ਚਾਰ ਵਾਰੀ ਤਾਂ ਦੱਸ ਸਕਦੇ ਆ, ਵੀਰ ਨੇ ਵੀ ਕਹਿਣਾ ਖਰੇ ਭੁੱਲ ਜਾਂਦੇ ਭਾਈ, ਭੁੱਲ ਜਾਈਦਾ ਕਈ ਵਾਰੀ ਆ ਕੇ ਦੱਸਿਆ ਕਿ ਨਹੀਂ, ਦੱਸਿਓ ਕੈਸੀ ਹੈ, ਧੁੱਪ 'ਚ ਕਾਲੀ ਹੋ ਜਾਂਦੀ ਹੈ ਤੇ ਛਾਂ 'ਤੇ ਚਿੱਟੀ ਹੋ ਜਾਂਦੀ ਹੈ, ਚੰਗੀ ਹੈ ਖਰਚਾ ਕਰ ਸਿੱਟਿਆ, ਖਰਚਾ ਕਰਤਾ ਭਾਈ ਬੜਾ। ਇੱਥੇ ਰੁਕੇ ਆ ਜੀ ਸਟੋਰ 'ਤੇ, ਇੱਥੇ ਬਿਸਕਿਟ ਕੁੱਟ, ਨਿਆਣਿਆਂ ਵਾਲੀਆਂ ਟਾਫੀਆਂ ਜਾਂ ਤਾਂ ਟਿਸ਼ੂ ਫੜਨ ਵਾਲੇ ਉਹ ਫੜਦੇ ਹਾਂ, ਮਿੰਟਸ। ਹਾਂਜੀ ਕੇਬਲ ਕਾਹਦੀ ਭਾਈ? ਉਹ
ਡਿਵਾਈਸ ਚਾਰਜ ਕਰਨ ਲਈ ਕਿਉਂ ਉਹ ਪੁੱਛ ਲਓ ਭਾਈ ਕੋਲੋਂ ਪੁੱਛ ਲਓ ਆ ਲਿਆ ਉਹ ਮਾਰਤਾ ਮੇਰੇ ਤਾਂ ਫੇਰ ਕਨੈਕਟ ਹੋ ਗਈ ਡੀਜ਼ਲ ਵੱਜਾਂ ਦਾ ਪਾਸਵਰਡ ਮੰਗਣਾ ਸੀ ਯਾਰ ਐਸ ਐਮ ਚੱਲਦੀ ਪਈ ਤੂੰ ਚਲਾ ਕੇ ਇਹ ਤਾਂ ਹਾਈ ਹੈ ਸਾਹਿਬ ਦਾ ਜਲਸਾ ਵੀ ਨਾਲ ਨਾਲ ਚੱਲ ਰਿਹਾ ਹੈ ਨਹੀਂ ਨਹੀਂ ਅਜੇ ਕੋਈ ਨਹੀਂ ਬੜਾ ਪਰਚਮ ਪੁਰਚਮ ਆ ਰਿਹਾ ਨੇ ਰਸਤੇ ਦੇ ਵਿੱਚ ਅੱਧਾ ਕਿ ਜਲਸਾ ਮੈਨੂੰ ਲੱਗਦਾ ਪਿੱਛੇ ਜਾ ਰਿਹਾ ਅੱਧਾ ਅੱਗੇ ਪਹੁੰਚ ਗਿਆ ਹੈ ਲਓ ਜੀ ਪੀ ਟੀ ਆਈ ਦਾ ਫੁੱਲ ਭਾਰ ਨਾਲ ਜਲਸੇ ਜਾ ਰਹੇ ਨੇ ਜਨਾਬ ਇੱਥੇ ਫਿਰ ਦਿਖਾਇਆ ਜਾ ਰਿਹਾ ਤੁਹਾਨੂੰ ਹਾਂਜੀ ਪਹੁੰਚ ਗਏ ਜੀ ਗੁਜਰਾਂਵਾਲਾ ਸਿਟੀ ਅੰਦਰੂਨੀ ਸਿਟੀ ਹਾਂਜੀ ਤਾਈਏ ਭਾਈ ਮੇਰਾ ਯਾਰ ਸਾਫਾ ਤਾਈਏ ਗੱਡੀ ਭਾਈ ਅਜ਼ੀਮ ਸਾਹਿਬ ਦੇ ਇੱਥੇ ਦੋਸਤ ਨੇ ਉਹਨਾਂ ਕੋਲ ਰੁਕਦੇ ਹਾਂ ਕਿਉਂ ਵਲੀਮੇ ਦਾ ਤਕਰੀਬਨ 8 ਵਜੇ ਹੋਏਗਾ ਉਸ ਤੋਂ ਪਹਿਲੇ ਇੱਥੇ ਸਟੇਅ ਕਰਦੇ ਹਾਂ ਫਰੈਸ਼ ਫਰੁਸ਼ ਹੁੰਦੇ ਹਾਂ ਜ਼ਰਾ ਰੈਸਟ ਕਰਦੇ ਹਾਂ ਥਕਾਵਟ ਦੂਰ ਕਰਦੇ ਹਾਂ ਉਸ ਤੋਂ ਬਾਅਦ ਨਿਕਲਦੇ ਹਾਂ ਫਿਰ ਸਲਾਮ ਹੋ ਗਿਆ ਸਲਾਮ ਹੋ ਗਿਆ ਜੀ ਮੋਟਰ ਇੱਕ ਬਹੁਤ ਵੱਡੀ ਪਈ ਹੈ 400 HP ਦੀ 400 horsepower ਦੀ ਤੇ ਬਲਾਂ ਮੋਟਰ ਹੀ ਕਿਦਾਂ ਹੀ ਸਮਝ ਲਓ ਵੀ ਕਿੰਨੇ 85 ਹੈ ਇਹ 15-16 4-5 85 ਹੈ 5-85 ਭਾਈ ਦਾ ਗੋਦਾਮ ਆ ਜੀ ਇੰਪੋਰਟਡ ਇੱਥੇ ਆਉਂਦਾ ਉਹ ਸਾਰਾ ਆਹ ਕੰਪਰੈਸਰ ਕੱਟ ਵੱਢ ਕੇ ਤੁਹਾਨੂੰ 2 ਟੋਟੇ ਕਰਕੇ ਤੇਲ ਸ਼ੇਲ ਅਤੇ ਇਹ ਬਹੁਤ ਮੋਟਰਾਂ ਸ਼ੋਟਰਾਂ ਆਉਂਦੀਆਂ ਇੱਥੇ ਮਾਰ ਦਾੜ ਪਈ ਖੜੀ ਹੈ ਯੈਲੋ ਸਭ ਮੋਟਰਾਂ ਹੀ ਆ ਭਾਈ ਇੰਪੋਰਟਡ ਮਾਲ ਆ ਸਾਰਾ ਇਹ ਸਲਫ ਵਾਲੀ ਮੋਟਰ ਹੈ ਚੋਰੀ ਅਤੇ ਕੰਪੈਸਟਰ ਵਾਲੀ ਹੈ ਜੀ ਇੱਥੇ ਹਰ ਚੀਜ਼ ਕਬਾੜ ਕੀਤੀ ਜਾਂਦੀ ਆ ਭੰਨ ਭੰਨ ਕੇ ਮਾਰ ਮਾਰ ਕੇ ਥੋੜੇ ਨਵੀਆਂ ਪੁਰਾਣੀਆਂ ਸਾਰੀ ਬਾਤ ਖਾਵਾਂ ਤਾਂ ਲੇਕਿਨ ਉਹਨਾਂ ਨੂੰ ਗੁੱਲ ਕੀਤੀ ਜਾਂਦੀ ਕਾਪਰ ਲਹਿਦਾ ਲੋਹਾ ਲਹਿਦਾ ਕੀਤੀ ਜਾਂਦੀ ਹਰ ਸ਼ੈ ਲਹਿਦਾ ਕੀਤੀ ਜਾਂਦੀ ਡਰਿੱਲਾਂ ਮਰਿੱਲਾਂ ਜੀਆਂ ਇੱਥੇ ਤਾਂ ਇੱਦਾਂ ਦੇ ਸੌਦੇ ਬੜੇ ਟੈਟ ਪਏ ਆ ਵਲੈਤੀ ਸਾਰਾ ਇੰਪੋਰਟਡ ਮਾਲ ਹੈ ਜਨਰੇਟਰ ਮਰੇਟਰ ਤੇ ਹੈ ਤੇਰ ਬੜਾ ਟਾਇਰ ਮਾਲ ਸਾਰਾ ਇੰਜ ਦਾ ਹੀ ਹੈ ਇਹ ਛੋਟੇ ਮਰਸੀਬਲ ਵੀ ਪਏ ਹੈ ਆਹ ਪੱਠੇ ਕੁਦਰਨ ਵਾਲੀ ਮਸ਼ੀਨ ਦੇ ਸਾਈਜ਼ ਦੀ ਮੋਟਰ ਪਈ ਹੈ ਇੰਪੋਰਟਡ ਇਹ ਪੱਖੇ ਵਾਲੀਆਂ ਮੋਟਰਾਂ ਇਹ ਡਬਲ ਸ਼ਾਫਟ ਡਬਲ ਸ਼ਾਫਟ ਨੇ ਹਿੱਸਾ ਚੱਲਦਾ ਟਰੈਕਟਰ ਦਾ ਇਹ ਸਾਰਾ ਕਾਪਰ ਦਾ ਇੱਧਰ ਦੜਾ ਲੱਗਾ ਪਿਆ ਸਾਰਾ ਕਾਪਰ ਇਹ ਸਾਰੇ ਸ਼ਾਫਟਾਂ ਨੇ ਮੋਟਰਾਂ ਦੀਆਂ ਨਿਕਲੀਆਂ ਸ਼ਾਫਟਾਂ ਹਾਂਜੀ ਮੇਨ ਜਿਹੜੀਆਂ ਵੇਚਣੀਆਂ ਇਹ ਵੀ ਸਾਰੀਆਂ ਛੋਟੀਆਂ ਸ਼ਾਫਟਾਂ ਛੋਟੀਆਂ ਮੋਟਰਾਂ ਦੀਆਂ ਇੱਧਰ ਸਾਰਾ ਕਾਪਰ ਪਿਆ ਪਿਓਰ ਕਾਪਰ ਪਿਓਰ ਕਾਪਰ ਪਿਓਰ ਕਾਪਰ ਭਾਈ ਹਾਂ ਰੰਗ ਵੀ ਸੋਨੇ ਵਰਗਾ ਆਪੇ ਭਾਈ ਸਾਰਾ ਕਾਪਰ ਹੀ ਪਿਆ ਮਾਲ ਵਿੱਚੋਂ ਨਿਕਲ ਰਿਹਾ ਮੁੰਡਾ ਅੰਜਣ ਆਏ ਪਏ ਨੇ ਅੰਜਣ ਇਹ ਅੰਜਣਾਂ ਦੇ ਹੱਡ ਆਏ ਯਾਰ ਕਿਆ ਬਾਤ ਇਹ ਤਾਂ ਸੁਨਿਆਰਿਆਂ ਤੋਂ ਵਧਿਆ ਖੜਾ ਕੰਮ ਭਾਈ ਕਰੋ ਚੈੱਕ ਫਿਰ ਮੋਟਰਾਂ ਦਾ ਦੜਾ
ਜ਼ੂਮ ਇਨ ਕਰਕੇ ਹੌਲੀ ਹੌਲੀ ਦਿਖਾਉਣਾ ਤੁਹਾਨੂੰ। ਇਹ ਜਿਹਨਾਂ ਕੋਲ ਇੱਥੇ ਭਾਈ ਹੋਣਾ ਕੋਲ ਰੁਕੇ ਹਾਂ ਆਪਾਂ, ਉਹਨਾਂ ਦਾ ਗੋਦਾਮ ਹੈ ਇਹ, ਇੱਥੇ ਸਾਰਾ ਇੱਦਾਂ ਦਾ ਹੀ ਮਾਲ ਆਉਂਦਾ। ਇੱਥੇ ਦੇ ਲੇ ਕਟਾਈਆਂ ਅਕਸਰ ਆਪਾਂ ਟਿਕਟੋਕਾਂ 'ਤੇ ਨਹੀਂ ਦੇਖਦੇ ਹੁੰਦੇ, ਹੋ ਰਹੀਆਂ ਨੇ ਸਿਲਵਰ ਪਿੱਤਲ ਲੋਹਾ ਅਤੇ ਜਨਾਬ ਇੱਦਾਂ ਦੀਆਂ ਨਵੀਆਂ ਛਾਵਾਂ ਕੱਟੀ ਜਾਂਦੇ ਹੁੰਦੇ ਆ ਆਪਾਂ। ਉਹ ਮੰਮੀ ਅਕਸਰ ਵੇਖਣਾ ਹੁੰਦਾ ਵੇ ਕਿਆ ਨਵੀਂ ਚੀਜ਼ ਨਿਕਲੀ ਪਈ ਹੈ। ਅੱਛਾ ਇਹਦੇ ਵਿੱਚ ਕੀ ਕਿੱਦਾਂ ਸਿੱਟਣਾ ਭਾਈ, ਤਾਂਬਾ ਸਿੱਟਦੇ ਲਿਆ ਕੇ? ਅੱਛਾ ਨਹੀਂ ਉਹ ਸਿੱਟਦੇ, ਤਾਂਬਾ ਕਿੱਥੇ ਸਿੱਟਦੇ ਇਹਦੇ ਵਿੱਚ? ਉਹਦੇ ਵਿੱਚ ਸਹੀ, ਅਤੇ ਉਹ ਗਰਮ ਹੋ ਕੇ ਪਿਘਲ ਕੇ ਨਿਕਲਦਾ ਅੱਗੇ, ਗਰਮ ਕਿੱਥੇ ਹੁੰਦਾ ਇਹਦੇ ਵਿੱਚ? ਅੱਛਾ ਉਹਦੇ ਵਿੱਚ ਹੀ ਹੁੰਦਾ ਵੈਰੀ ਗੁੱਡ। ਚੁੱਕ ਚੁੱਕ ਕੇ ਪਲਟਦੇ ਹੁੰਦੇ ਅਕਸਰ ਉਹ ਟਿਕਟੋਕ ਵੇਖੀ ਦੀ ਹਾਂਜੀ। ਇਹ ਹੋਣੀ ਕੋਈ 900 ਹਾਰਸ ਪਾਵਰ ਦੀ, ਇਹ ਕਿਸ ਟਾਈਪ ਦਾ ਪੰਪ ਆ ਤਈਆ ਭਾਈ, ਜਰਾ ਇਹਦੀ ਕਰੋ ਤਰੀਫ, ਤੈਨੂੰ ਪਤਾ ਤਾਂ ਇਹਦੇ ਬਾਰੇ, ਮੈਨੂੰ ਤਾਂ ਇਹਦੇ ਬਾਰੇ ਕੋਈ ਸੁਰ ਨਹੀਂ ਪਿਆ। ਅੱਗੇ ਇਹਦੇ ਕੀ ਲੱਗਾ, ਪਿੱਛੇ ਤਾਂ ਚਲੋ ਮੋਟਰ ਹੈਡ ਹੀ ਆ ਜਿੱਦਾਂ ਲੱਗਾ, ਹੈਂ ਕੰਪਰੈਸਰ ਤੇ ਵੀ ਆ ਆਪਣੇ ਛੇਣੀ ਮਿਲਾ ਦਾ ਇਦਾਂ ਹੀ ਚੀਜ਼ਾਂ ਇਸਤੇਮਾਲ ਹੋਣੀ। ਮਰਲ ਮੋਟਰ ਚੰਗੀ ਆ, ਉਦਾਂ ਬਾਕੀ ਗੱਲਾਂ ਦੀਆਂ ਗੱਲਾਂ, ਇਦਾਂ ਦੀਆਂ ਮੋਟਰਾਂ ਲਾਈਆਂ ਹੋਣ ਪੰਪਾਂ ਸ਼ੰਪਾਂ 'ਤੇ ਦੇ ਦੇ ਬਲੋਰ ਆ, ਬਲੋਰ ਆ ਜੀ। ਭਾਈ ਇਹ ਵੇਲਾ ਇੱਥੇ ਨਿਗਰਾਨੀ ਵੀ ਹਰ ਸ਼ਹਿਰ ਦੀ ਕੀਤੀ ਜਾਂਦੀ ਹਾਂ, ਇਹ ਫਾਰਮ 'ਤੇ ਭਾਈ ਫਰੈਸ਼ ਦੁੱਧ ਇੱਥੇ ਪੀਣ ਵਾਸਤੇ ਰੱਖੀਆਂ ਅਗਲਿਆਂ ਨੇ। ਓਏ ਹੋਏ ਹੋਏ, ਸ਼ਾਮੀ 5 ਦਾ ਟਾਈਮ ਹੋ ਗਿਆ, ਠੀਕ ਹੈ ਮੈਨੂੰ 6:30 ਵਜੇ ਇੱਥੋਂ ਨਿਕਲਾਂਗੇ। ਲੈ ਵੀ ਮੇਰੀ ਸਲਾਹ ਆ ਵੀ ਕਿਉਂ ਨਾ ਕੱਪੜੇ ਕੁਪੜੇ ਜਿਹੜੇ ਲੈ ਬਈ, ਇਹ ਬੜਾ ਪੰਗਾ ਯਾਰ, ਜਿਸ ਲਈ ਮੈਂ ਤਾਂ ਲਾਗੇ ਪਹੁੰਚਦਾ ਲਾਕ ਹੋ ਜਾਂਦੀ, ਉੱਥੋਂ ਮੈਂ ਲਾਕ ਕਰਕੇ ਆਉਣਾ। ਤਈਆ ਬਈ ਯਾਰ ਇਹਨੂੰ ਖੋਲੇ ਨਾ ਯਾਰ, ਮਿਹਰਬਾਨੀ ਯਾਰ, ਮੈਂ ਕੋਲ ਪਹੁੰਚਦਾ ਲਾਕ ਹੋ ਜਾਂਦੀ ਆ, ਉੱਥੋਂ ਮੈਂ ਲਾਕ ਕਰਕੇ ਆਉਣਾ। ਇਹ ਬੜਾ ਮਸਲਾ ਯਾਰ, ਸੈਂਟਰ ਲੋਕਿੰਗ ਦੀ ਭੈੜੀ ਆ। ਕੱਪੜੇ ਅੱਛਾ ਵੀ ਇਹ ਤਾਂ ਵੀਡੀਓ ਹੋ, ਮੈਂ ਐਡਿਟ ਕਰਨ ਲੱਗਿਆ, ਮੇਰੀ ਵੀਡੀਓ ਹੋ ਗਈ 15 ਮਿੰਟਾਂ ਤੋਂ ਉੱਤੇ, ਅਤੇ ਫਿਰ ਸ਼ਾਦੀ ਤੋਂ ਅੱਗਾਂ ਵਾਲਾ ਸੀਨ ਸ਼ੁਰੂ ਕਰ ਦਿਆਂਗੇ। ਅਤੇ ਜੇ 15 ਮਿੰਟ ਤੋਂ ਮੇਰੀ ਵੀਡੀਓ ਰਹੀ ਥੱਲੇ, ਤਾਂ ਫਿਰ ਮੈਂ ਤੈਨੂੰ ਸ਼ਾਦੀ ਵਾਲਾ ਸੀਨ ਇਸੇ ਵੀਡੀਓ 'ਚ ਐਡ ਕਰ ਦਿਆਂਗਾ, ਕਿਉਂ ਬਹੁਤ ਹੀ ਲੰਬੀ ਵੀਡੀਓ ਜਿਹੜੀ ਆ, ਤੁਸੀਂ ਆਪ ਹੀ ਕਹਿੰਦੇ ਆ ਵੀ ਭਾਈ ਅਸੀਂ ਕੋਈ ਨਹੀਂ ਵਹਿੰਦੇ, 2 ਟੋਟਿਆਂ 'ਚ ਕਰ ਲਿਆ ਕਰ, ਤੁਹਾਡੀ ਸੁਜੈਸ਼ਨ ਲਈ ਸੀ। ਬਲੈਕ ਥੀਮ ਸੀਗਾ ਜੀ, ਕੋਸ਼ਿਸ਼ ਕਰਕੇ ਸਾਰੇ ਬਲੈਕ ਹੀ, ਭਾਈ ਨੂੰ ਵੀ ਤੁਹਾਨੂੰ ਪਤਾ ਜੀ ਰਾਤੀਂ ਬਲੈਕ ਲੈ ਕੇ ਦੇ ਦਿੱਤਾ ਸੀ। ਐਡ ਆ ਰਹੀ, ਲਓ ਜੀ ਤਈਏ ਭਾਈ ਹੋ ਗਏ ਤਿਆਰ, ਨਹਾਈਆਂ ਸ਼ਾਈਆਂ ਮਾਰ ਕੇ, ਚੋਰੀ ਦੀ ਤਿਆਰੀ ਦੇ ਚੱਕਰ 'ਚ ਚੋਰੀ ਨੇ ਵਾਹਵਾ ਨੀਂਦ ਪੂਰੀ ਕਰ ਲਈ ਹੈ। ਇੱਥੋਂ ਡਾਇਰੈਕਟ ਮਾਰ ਕੀ ਡਾਇਰੈਕਟ ਆ ਡਾਇਰੈਕਟ ਸਹੀ ਹੈ ਭਾਈ। ਹੈਲੋ ਜੀ ਯਾਸਰ ਭਾਈ, ਹੋ ਗਏ ਰੈਡੀ? ਹਾਂਜੀ ਰੈਡੀ ਹੋ ਗਿਆ ਜੀ, ਵੇਖ ਲਓ ਜੀ ਆਪਣਾ ਬਲੈਕ ਬਲੈਕ ਹੋਏ ਪਏ ਬੇਲੀ। ਅੱਛਾ ਰਾਤੀ ਬੈਠਿਆਂ ਬੈਠਿਆਂ ਬਣ ਗਿਆ ਪਲੈਨ ਵੀ, ਬਲੈਕ ਹੀ ਪਏ ਆ, ਤਾਂ ਚਲੋ ਕਿਉਂ ਨਾ ਥੀਮ ਹੀ ਪੂਰਾ ਕਰ ਲਈਏ, ਸਾਰੇ ਚਾਰੇ ਬਲੈਕ ਹੀ ਹੋ ਜਾਈਏ ਫਿਰ। ਉਹ ਲਗਾ ਦੇ ਮੈਂ ਸ਼ੂਟ ਕਰ ਰਿਹਾ, ਮੇਰੇ ਵੱਲ ਵੀ ਮਾਣ
ਬੰਦੇ ਆਖਣਾ ਵੀ ਦੋ ਦਿਨ ਵਲੌਗ ਹੀ ਦਿਖਾਉਂਦੇ ਰਹੇ ਤੇ ਸ਼ਾਦੀ ਤੇ ਪਹੁੰਚੇ ਨਹੀਂ ਜਿੱਥੇ ਪਹੁੰਚਣਾ ਚੱਲੀਏ ਜੀ ਲਓ ਜੀ ਤਈਏ ਬਾਈ मारो काल मारो भाई मारो ना काल मारो लो जी शादी के उत्ते तुसा वेख्या है कि जिमें ऑलरेडी पहुंचे खड़े सगा ਤੁਹਾਨੂੰ ਪਤਾ ਜੀ ਅੱਜ ਕੱਲ੍ਹ ਸ਼ਾਦੀਆਂ 'ਤੇ ਫਿਰ ਮਿਊਜ਼ਿਕ ਵਗੈਰਾ ਚੱਲਦਾ ਹੁੰਦਾ ਅਤੇ ਮਿਊਜ਼ਿਕ ਬਿਲਕੁਲ ਅਲਾਓ ਨਹੀਂ ਹੁੰਦਾ ਵੀਡੀਓ ਦੇ ਵਿੱਚ ਯੂਟਿਊਬ ਦੀ ਤਰਫੋਂ ਸੋ ਪਕੜ ਲੈਂਦੇ ਆ ਤਾਂ ਇਸ ਗੱਲੋਂ ਫਿਰ ਮੈਨੂੰ ਤਕਰੀਰ ਕਰਨੀ ਪੈਗੀ ਤਾਰਕ ਸਾਹਿਬ ਇਹ ਤਾਰਕ ਸਾਹਿਬ ਇਹ ਦਸਤੀ ਥੋੜ੍ਹੇ ਦਿਨ ਆਇਆ ਅਤੇ ਮੈਂ ਨਾ ਇਹਦੇ ਵਿੱਚ ਸਿਮ ਲਓ ਜੀ ਇਹ ਹੈ ਜੀ ਆਪਣਾ ਸ਼ਾਦੀ ਦਾ ਮਾਹੌਲ ਹਾਂਜੀ ਮੁਹਤਰਮ ਉਸਮਾਨ ਬਸ਼ੀਰ ਸਾਹਿਬ ਨੇ ਜੀ ਜਿਨ੍ਹਾਂ ਦਾ ਇਨਵੀਟੇਸ਼ਨ ਸੀਗਾ ਇਹਨਾਂ ਦੇ ਛੋਟੇ ਬਾਈ ਦੀ ਸ਼ਾਦੀ ਹੈ ਅਮਰ ਬਸ਼ੀਰ ਸਾਹਿਬ ਦੀ ਜਿਹਨੂੰ ਅਟੈਂਡ ਕਰਨ ਵਾਸਤੇ ਅਸਾਂ ਗੁਜਰਾਂ ਵਾਲੇ ਉਸਮਾਨ ਬਸ਼ੀਰ ਸਾਹਿਬ ਦੀ ਤਰਫੋਂ ਜੀ ਬੜਾ ਅੱਛਾ ਬੜਾ ਖੁਸ਼ੀ ਨਾਲ ਸਾਨੂੰ ਵੈਲਕਮ ਕੀਤਾ ਗਿਆ ਬੜਾ ਬਿਹਤਰੀਨ ਵੈਸੇ ਇਹਨਾਂ ਦੀ ਸ਼ਾਦੀ ਦੇ ਖਾਣੇ ਬਣੇ ਸਨ ਬਹੁਤ ਅੱਛਾ ਇੰਤਜ਼ਾਮ ਸੀ ਇੱਥੇ ਸਾਡੀ ਮੁਲਾਕਾਤ ਹੋਈ ਚੌਰੀ ਤਾਰਕ ਨਵੀਦ ਨਾਲ ਚਨਿਓੜ ਤੋਂ ਨਦੀਮ ਸਾਹਿਬ ਨਦੀਮ ਬਾਈ ਨਾਲ ਇਸ ਤੋਂ ਇਲਾਵਾ ਬਿਲਾਲ ਬਾਈ ਨਾਲ ਚਾਹ ਪੀ ਰਿਹਾ ਬਾਈ ਸਾਡੇ ਨਾਲ ਵੈਸੇ ਸ਼ਾਦੀ ਦੇ ਉੱਤੇ ਤਈਏ ਬਾਈ ਵੀ ਸੀਗੇ ਅਤੇ ਜਿੱਥੇ ਅਸੀਂ ਪਹੁੰਚੇ ਇੱਥੇ ਮੁਹਤਰਮ ਕਾਸ਼ਵ ਬਾਈ ਸੀਗੇ ਜਿਹੜੇ ਸਾਨੂੰ ਨਾਲ ਲੈ ਕੇ ਵੀ ਆਏ ਆ ਸਾਡੇ ਨਾਲ ਵੀ ਰਹੇ ਆ ਜਨਾਬ ਦੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ ਅਦਾ ਕਰਦੇ ਹਾਂ ਤਈਏ ਬਾਈ ਮੁਮਕਿਨ ਹੈ ਇੱਥੇ ਕਿਹੜਾ ਸੀ ਖਾਣਾ ਕਾਸ਼ਵ ਬਾਈ ਕੋਲ ਰਾਤ ਆਪਾਂ ਸਟੇ ਕਰੀਏ ਪਤਾ ਨਹੀਂ ਕਿੰਨੀ ਇੱਕ ਡਿਸ਼ਾਂ ਮੈਨੂੰ ਤਾਂ ਆਪ ਭੁੱਲ ਗਈ ਕੀ ਕੀ ਬਣਿਆ ਸੀ ਬੱਕਰਾ ਕੱਟਾ ਮੁਰਗਾ ਉਹਨੂੰ ਤਰ੍ਹਾਂ ਤਰ੍ਹਾਂ ਬਣਾਇਆ ਹੋਇਆ ਸੀਗਾ ਸਾਰੀਆਂ ਚੀਜ਼ਾਂ ਗਿਣੋ ਨਾ ਜਿਹੜੀ ਜਿਹੜੀ ਗਿਣ ਸਕਦੇ ਹਾਂ ਮੈਂ ਹੁਣ ਕਿਹੜੀ ਕਿਹੜੀ ਮੈਂ ਤਾਂ ਖਾਧੀਆਂ ਥੋੜੀਆਂ ਉਹ ਤਾਂ ਬਣੀਆਂ ਬਹੁਤ ਸੀਗੀਆਂ ਵੀ ਟੇਸਟੀ ਥੋੜਾ ਥੋੜਾ ਕਰ ਲਿਆ ਤਕਰੀਬਨ ਹਾਂ ਨਾਮ ਨਹੀਂ ਲੈਣੇ ਆਉਂਦੇ ਨਾਮ ਨਹੀਂ ਲੈਣੇ ਆਉਂਦੇ ਤੈਨੂੰ ਸਾਰੀਆਂ ਨਹੀਂ ਕਵਰ ਹੋਈਆਂ ਹਾਂਜੀ ਸ਼ਾਦੀ ਦੇ ਐਂਡ ਦੇ ਉੱਤੇ ਉਸਮਾਨ ਬਸ਼ੀਰ ਸਾਹਿਬ ਨੇ ਸਾਨੂੰ ਸਪੈਸ਼ਲ ਟਾਈਮ ਵੀ ਦਿੱਤਾ ਬਲਕਿ ਸਪੈਸ਼ਲ ਇਨਵੀਟੇਸ਼ਨ ਦੁਬਾਰਾ ਫਿਰ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਦੋਸਤਾਂ ਨਾਲ ਫੈਮਿਲੀ ਮੈਂਬਰਾਂ ਦੇ ਨਾਲ ਮੁਲਾਕਾਤ ਵੀ ਕਰਾਈ ਇੱਕ ਮੇਨ ਚੀਜ਼ ਜਿਹੜਾ ਮੇਨ ਮਸਲਾ ਆ ਰਿਹਾ ਸੀਗਾ ਉਹ ਇੱਥੇ ਹੀ ਸੀ ਮੈਨੂੰ ਜ਼ਿਆਦਾ ਵੀਡੀਓ ਲੰਬੀ ਇੱਥੇ ਨਹੀਂ ਸ਼ੇਅਰ ਕਰ ਸਕ ਰਿਹਾ ਸੀਗਾ ਕਿਉਂਕਿ ਮਿਊਜ਼ਿਕ ਪਿੱਛੇ ਲਗਾਤਾਰ ਵੱਜ ਰਿਹਾ ਸੀ ਜਿਹੜੀ ਗੱਲੋਂ ਮੈਨੂੰ ਹੁਣ ਐਂਡ 'ਤੇ ਤਕਰੀਰ ਵੀ ਤੁਹਾਨੂੰ ਕਰਨੀ ਪੈ ਰਹੀ ਹੈ ਐਂਡ 'ਤੇ ਮੁਹਤਰਮ ਵੇਸਕੋਟ ਵਾਲੇ ਕਾਸ਼ਵ ਭਾਈ ਖੜ੍ਹੇ ਨੇ ਨਦੀਮ ਬਾਈ ਦੇ ਨਾਲ ਹੁਣ ਸਮਝ ਲਓ ਵੀ ਇੱਥੋਂ ਵਾਪਸੀ ਹੋਈ ਹੈ ਇੱਦਾਂ ਕਹਿ ਲਓ ਐਂਡ 'ਤੇ ਸੀਨ ਇਹ ਸੀਗਾ ਜੀ ਕਿ ਬਾਈ ਤਾਰਕ ਨਵੀਦ ਨਦੀਮ ਬਾਈ ਔਰ ਬਿਲਾਲ ਬਾਈ ਐਂਡ 'ਤੇ ਫੋਟੋ ਸ਼ੂਟ ਕੀਤਾ ਜੀ ਚੰਗਾ ਸੋਹਣੇ ਹੋ ਠੀਕ ਹੈ ਠੀਕ ਹੈ ਸੋਹਣੇ ਹੋ ਗਿਆ ਯਾਸਰ ਬਾਈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸੋਹਣੇ ਵੀਰ ਤਾਰਕ ਮੈਂ ਨਾ ਉਹ ਫੋਟੋ ਪਾਊਂਗਾ ਉਹਦੇ ਤੈਨੂੰ ਲੈ ਕੇ ਹੈ ਜੇ ਤੂੰ ਮੈਨੂੰ ਦੱਸਣਾ ਵੀ ਜੇ ਆਪਣਾ ਬਾਰੇ ਦਾ ਹੋਇਆ ਨਾ ਉਹ ਬਾਹਰ ਖੜਾ ਫਿਰ ਅਤੇ ਮੈਂ ਉਹਨੂੰ ਕਹਿ ਦੇਣਾ ਤੂੰ ਲੈ ਆ ਠੀਕ ਨਹੀਂ ਕੀ ਹੋ ਗਿਆ ਡਾਕਟਰ ਫੋਟਾ ਠੀਕ ਹੈ ਸੋਹਣੇ ਬਹੁਤ ਸ਼ੁਕਰੀਆ ਚਲੋ ਠੀਕ ਹੈ ਬਿਲਾਲ ਬਾਈ ਓਕੇ
लो जी आखिर बंदा पहुंच ही जांदा। हॉलैंड हाँ जी भाई ग्यारह बज गए जी। दोस्तों वीडियो नू कर दें क्लोज़ ते सुबह दा शेड्यूल फिर सुबह नाल होएगा कि पता नहीं की शेड्यूल रहिंदा है। जो भी शेड्यूल होया इंशाल्लाह दोस्तों दे नाल वीडियो जरूर शेयर की जाएगी। थैंक्स फॉर वाचिंग जी, जींदे ने मिले, गुड नाइट।